ਗੁਰੂ ਸਾਹਿਬ ਜੀਓ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੇ ਤੁਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਾਂ ਦਰ ਆਇਆ ਸਰਬ ਸੁਖ ਨਾਨਕ ਤਹਿ ਪਾਇਆ ਓਟ ਗਹੀ ਸੰਤਾਂ ਦਰ ਆਇਆ ਸਰਬ ਸੁਖ ਨਾਨਕ ਤਹਿ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ ਵਾਲੀਏ ਦੋ ਜਹਾਨ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਸੱਚੇ ਸਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ ਸ਼੍ਰੀ ਸੁਖਮਨੀ ਸਾਹਿਬ ਜੀ ਦੀ 15ਵੀਂ ਅਸ਼ਟਪਦੀ ਦੀ ਇਹ 6ਵੀਂ ਪੌੜੀ ਹੈ। ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ। ਇਹਦੀ ਵਿਚਾਰ ਅੱਜ ਆਪਾਂ ਕਰਨੀ ਹੈ। ਮੈਂ ਗੁਰਮੁਖੋਂ ਕਈ ਵਾਰ ਸੰਗਤਾਂ ਨੂੰ ਇਹ ਬੇਨਤੀ ਕਰਦਾ ਕਿ ਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਜਾਂ ਬਹੁਤ ਸਾਰੇ ਸਲੋਕ ਬਾਣੀਆਂ ਐਸੀਆਂ ਨੇ ਜਿਨ੍ਹਾਂ ਦੇ ਅਰਥਾਂ ਦੀ ਸਮਝ ਸਾਨੂੰ ਕੁਝ ਸੌਖੀਆਂ ਹੋ ਜਾਂਦੀ ਹੈ, ਕੁਝ ਸਲੋਕ ਕੁਝ ਸ਼ਬਦ ਐਸੇ ਵੀ ਹਨ ਜਿਨ੍ਹਾਂ ਨੂੰ ਸਮਝਣ ਦੇ ਲਈ ਸਾਨੂੰ ਵੱਧ ਇਕਾਗਰਤਾ ਅਤੇ ਵੱਧ ਧਿਆਨ ਦੀ ਲੋੜ ਹੁੰਦੀ ਹੈ। ਕੁਝ ਸ਼ਬਦ ਕੁਝ ਬਾਣੀ ਦੇ ਸਲੋਕ ਐਸੇ ਵੀ ਨੇ ਜਿਨ੍ਹਾਂ ਦੇ ਲਈ ਸਾਨੂੰ ਬਹੁਤ ਵਿਵੇਕਤਾ ਦੀ ਲੋੜ ਪੈਂਦੀ ਹੈ। ਤੋ ਜਿਹੜਾ ਅੱਜ ਦਾ ਇਹ ਪਾਵਨ ਪਦਾ ਹੈ ਨਾ, ਇਹ ਵਿਵੇਕਤਾ ਮੰਗਦਾ ਹੈ, ਵਿਵੇਕ ਸੋਚੀ ਮੰਗਦਾ ਹੈ, ਜਿਸ ਲਈ ਸਤਿਗੁਰੂ ਪਾਤਸ਼ਾਹ ਨੇ ਸ਼ਬਦ
ਬਖਸ਼ਿਸ਼ ਕੀਤੇ ਨੇ ਕਿ ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਬਬੇਕਾ। ਗੁਰੂ ਦੇ ਚਰਨਾਂ ਵਿੱਚ ਜਾ ਕੇ ਹਾਰ ਜਾਣਾ ਹੈ ਔਰ ਸਤਿਗੁਰਾਂ ਦੇ ਕੋਲੋਂ ਵਿਵੇਕ ਮੰਗਣਾ ਹੈ, ਤਾਂ ਅੱਜ ਸਾਨੂੰ ਵਿਵੇਕਤਾ ਦੀ ਲੋੜ ਹੈ, ਕਿਉਂਕਿ ਗੁਰਬਾਣੀ ਦੇ ਅੰਦਰ ਬਹੁਤ ਸਾਰੇ ਸ਼ਬਦ ਨੇ ਜਿਹੜੇ ਉਹ ਪ੍ਰਤੀਕਮਤ ਤੌਰ ਦੇ ਉੱਤੇ ਵਰਤੇ ਜਾਂਦੇ ਨੇ। ਚਰਨ ਸਾਧ ਕੇ ਧੋਏ ਧੋਏ ਪੀਓ, ਤੁਸੀਂ ਨਾ ਕਦੇ ਪਟਨਾ ਸਾਹਿਬ ਜਾਓ, ਮੈਂ ਕਿਤੇ ਕਈ ਥਾਵਾਂ 'ਤੇ ਦੇਖਿਆ ਪਰ ਮੈਨੂੰ ਹੁਣ ਯਾਦ ਪਟਨਾ ਸਾਹਿਬ ਆ ਰਿਹਾ। ਤੁਸੀਂ ਜੋੜੇ ਘਰ 'ਚ ਜਾਓ ਨਾ, ਉੱਥੇ ਮਿੱਟੀ ਦੀਆਂ ਕੁਝ ਧੂੜ ਦੀਆਂ ਪੁੜੀਆਂ ਇੰਜ ਲੋਕ ਸੰਗਤਾਂ ਨੂੰ ਦਿੰਦੇ ਹੁੰਦੇ ਹੈ। ਪੁੱਛੀਏ ਜੀ ਇਹ ਕੀ ਹੈ, ਉਹ ਕਹਿਣਗੇ ਜੀ ਇਹ ਸੰਗਤ ਦੇ ਚਰਨਾਂ ਦੀ ਧੂੜ ਹੈ, ਇਸ ਨੂੰ ਮੱਥੇ ਨਾਲ ਲਾਉਣਾ ਚਾਹੀਦਾ ਕਿਉਂਕਿ ਸੰਗਤ ਦੇ ਚਰਨਾਂ ਦੀ ਧੂੜ ਹੈ। ਹੁਣ ਸਮਝਣਾ ਪਏਗਾ ਕਿ ਚਰਨਾਂ ਦੀ ਧੂੜ ਦਾ ਅਰਥ ਮਿੱਟੀ ਥੋੜ੍ਹਾ ਹੈ। ਕਈ ਵਾਰ ਤਾਂ ਕੁਝ ਥਾਵਾਂ ਉੱਤੇ ਐਸਾ ਵੀ ਵੇਖਣ ਨੂੰ ਮਿਲ ਜਾਂਦਾ ਹੈ ਕਿ ਸ਼ਰਧਾ ਬਸ ਅਤੇ ਅਗਿਆਨਤਾ ਦੇ ਕਾਰਨ ਕੁਝ ਐਸੀਆਂ ਥਾਵਾਂ ਦੇ ਉੱਤੇ ਕੁਝ ਐਸੀਆਂ ਸੰਗਤਾਂ ਵੀ ਮਿਲ ਜਾਂਦੀਆਂ ਨੇ ਜਿਹੜੀ ਸਾਡੀ ਬਾਹਰ ਪੈਰ ਧੋਣ ਵਾਸਤੇ ਅਸੀਂ ਖੇਲ ਬਣਾਈ ਹੁੰਦੀ ਹੈ ਨਾ ਵੀ ਪੈਰ ਧੋ ਕੇ ਅੰਦਰ ਆਉਣਾ ਹੈ। ਉਹ ਕਈ ਸੰਗਤਾਂ ਚੁਲੀ ਭਰ ਕੇ ਉਹਦੇ ਵਿੱਚੋਂ ਵੀ ਪਾਣੀ ਪੀ ਲੈਂਦੀਆਂ ਹੁੰਦੀਆਂ, ਇੱਦਾਂ ਦੀ ਕਹਿਣ ਲੱਗੇ ਜੀ ਸ਼ਰਧਾ ਹੋਣੀ ਚਾਹੀਦੀ ਹੈ ਸੰਗਤ ਦੇ ਚਰਨਾਂ ਦਾ ਪਾਣੀ ਹੈ। ਨਹੀਂ, ਗੁਰੂ ਨੇ ਸਾਨੂੰ ਸ਼ਬਦ ਨਾਲ ਜੋੜਿਆ, ਗੁਰੂ ਨੇ ਸਾਨੂੰ ਬਾਣੀ ਨਾਲ ਜੋੜਿਆ। ਗੁਰੂ ਦੇ ਚਰਨ ਕੀ ਨੇ, ਗੁਰੂ ਦੇ ਚਰਨਾਂ ਦੀ ਧੂੜ ਕੀ ਹੈ, ਇਹਦੀ ਸਮਝ ਕਿਸੇ ਬਾਬੇ ਕੋਲੋਂ ਨਹੀਂ ਪੈਣੀ, ਬਾਣੀ ਕੋਲੋਂ ਪੈਣੀ ਹੈ। ਅਸੀਂ ਬਾਣੀ 'ਚੋਂ ਸਮਝਣਾ ਵੀ ਗੁਰੂ ਦੇ ਚਰਨਾਂ ਦੀ ਧੂੜ ਹੈ ਕੀ। ਹੁਣ ਚਰਨ ਸਾਧ ਕੇ ਧੋਏ ਧੋਏ ਪੀਓ, ਸਾਧ ਦਾ ਅਰਥ ਹੈ ਸਿਮਰਨ ਕਰਨ ਵਾਲੇ ਸੱਜਣ ਪੁਰਸ਼, ਕਿਉਂਕਿ ਸਾਧ ਇੱਥੇ ਬਹੁ ਬਚਨ ਹੈ, ਨਾਮ ਜਪਣ ਵਾਲੇ। ਹੁਣ ਸਾਧ ਸ਼ਬਦ ਜਾਂ ਸੰਤ ਸ਼ਬਦ ਬਾਣੀ ਵਿੱਚ ਆਉਂਦਾ ਹੈ, ਸੰਤ ਕੌਣ ਹੈ, ਸਾਧੂ ਕੌਣ ਹੈ, ਜਿੰਨਾ ਸਾਸ ਗਰਾਸ ਨਾ ਵਿਸਰੈ, ਬੋਲੋ, ਜਿੰਨਾ ਸਾਸ ਗਰਾਸ ਨਾ ਹਰ ਨਾਮਾ ਮਨ ਧਨ ਸੇਈ ਪੂਰਨ ਸੇਈ ਆ ਪੂਰਨ ਸੰਤ। ਡੇਰੇਦਾਰ ਕਈ ਵਾਰ ਕਹਿ ਦਿੰਦੇ ਆ ਜੀ ਸਾਡੇ ਮਹਾਂਪੁਰਖ ਪੂਰਨ ਸੰਤ ਨੇ, ਪੂਰਨ ਸੰਤ ਨੇ ਜੀ, ਕੌਣ ਹੈ ਪੂਰਨ ਸੰਤ, ਜਿਹਨੂੰ ਸਵਾਸ ਸਵਾਸ ਅਤੇ ਮੂੰਹ 'ਚ ਗਰਾਹੀ ਪਾਉਂਦਿਆਂ ਵੀ ਰੱਬ ਨਹੀਂ ਜੀ ਭੁੱਲਦਾ, ਇੱਕ ਇੱਕ ਸਵਾਸ ਰੱਬ ਚੇਤੇ ਆਉਂਦਾ, ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ
ਹਰੀ ਦਾ ਨਾਮ ਤਾਂ ਮੰਤਰ ਉਹਨੇ ਮਨ ਵਿੱਚ ਵਸਾਇਆ ਹੋਇਆ ਸੀ ਦੇਵੀ ਕਾਲ ਲਈ। ਤਨ ਸਸਈ ਨਾਨਕਾ ਪੂਰਨ ਸਹੀ ਸੰਗ। ਤੋ ਇਸੇ ਤਰ੍ਹਾਂ ਗੁਰਮੁਖ ਸਮਝਣਾ ਪਏਗਾ ਸਾਧੂ ਦੇ ਚਰਨ ਕੀ ਨੇ। ਦੇਖੋ ਇੱਕ ਇੱਕ ਬਚਨ 'ਤੇ ਆਪਾਂ ਸਪਸ਼ਟ ਲੈ ਲਈਏ, ਇਹਦੇ 'ਚ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ ਵੀ ਗੁਰੂ ਹੱਡ ਚੰਮ ਮਾਸ ਨਹੀਂ ਹੈ, ਗੁਰੂ ਹੱਡ ਚੰਮ ਮਾਸ ਦਾ ਸਰੀਰ ਨਹੀਂ ਹੈ। ਕੇਵਲ ਉਦੋਂ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ, ਆਪਾਂ ਕਹਿ ਦਿੰਦੇ ਹਾਂ ਜੀ ਪਹਿਲਾਂ ਸਰੀਰ ਰੂਪ ਹੁੰਦਾ ਸੀ ਗੁਰੂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸ਼ਬਦ ਗੁਰੂ ਬਣਾ ਦਿੱਤਾ, ਬਿਲਕੁਲ ਨਹੀਂ ਹੈ, ਇਹ ਗਲਤ ਹੈ। ਜਦੋਂ ਸਿੱਧ ਜੋਗੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੋਲੋਂ ਪੁੱਛਦੇ ਨੇ ਗੁਰੂ ਕੌਣ ਹੈ ਅਤੇ ਚੇਲਾ ਕੌਣ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿ ਰਹੇ ਆ। ਭਾਈ ਸ਼ਬਦ ਗੁਰੂ ਹੈ ਅਤੇ ਸਿੱਖ ਦੀ ਸੁਰਤ ਸੇਵਕ ਹੈ ਚੇਲਾ ਹੈ, ਨਾ ਸਰੀਰ ਗੁਰੂ ਹੈ ਨਾ ਸਰੀਰ ਚੇਲਾ ਹੈ। ਹੁਣ ਤੁਸੀਂ ਇੱਥੇ ਬੈਠੇ ਹੋ, ਜੇ ਸਾਡੀ ਸੁਰਤ ਗੁਰੂ ਵਾਲੇ ਪਾਸੇ ਹੈ ਤਾਂ ਹੀ ਸਿੱਖ ਹੈ ਨਾ। ਸੁਰਤ ਕਿਤੇ ਕਨੇਡਾ ਅਮਰੀਕਾ ਫਿਰਦੀ ਗੱਲ ਨਹੀਂ ਬਣਨੀ, ਕੋਈ ਗੱਲ ਤਾਂ ਸੁਰਤ ਦੀ ਹੈ, ਗੱਲ ਤਾਂ ਸ਼ਬਦ ਦੀ ਹੈ। ਜੇ ਸ਼ਬਦ ਨਹੀਂ ਹੋਵੇਗਾ ਤਾਂ ਕੀ ਕਰਾਂਗੇ। ਇੱਦਾਂ ਜਿਸ ਦਿਨ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਪਹਿਲੀ ਵਾਰ ਸਰੀਰਕ ਤੌਰ 'ਤੇ ਮਿਲਦੇ ਹੈ, ਪਛਾਣ ਸਕਿਆ ਸੀ ਜੀ, ਚੜ੍ਹ ਕੇ ਘੋੜੇ ਦੇ ਉੱਪਰ ਆਇਆ ਸੀ, ਸਾਹਮਣੇ ਤੋਂ ਬਜ਼ੁਰਗ ਬਾਬਾ ਆਉਂਦਾ ਦੇਖਿਆ, ਗੁਰੂ ਨਾਨਕ ਸਾਹਿਬ ਨੂੰ ਹੀ ਪੁੱਛਦਾ ਪਿਆ ਗੁਰੂ ਨਾਨਕ ਸਾਹਿਬ ਦੇ ਘਰ ਜਾਣਾ ਜੀ ਰਸਤਾ ਦੱਸ ਦਿਓ। ਸਰੀਰਕ ਤਾਂ ਦਰਸ਼ਨ ਤਾਂ ਕੀਤੇ ਸਨ ਨਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਸਿਰ ਦੇ ਉੱਪਰ ਜੋ ਤੱਤੀ ਰੇਤ ਪਾਉਂਦਾ ਪਿਆ ਉਹਨੂੰ ਕਿਤੇ ਸੁੱਖ ਮਿਲਦਾ ਦਰਸ਼ਨਾਂ ਦੇ ਵਿੱਚੋਂ। ਜਿਹੜਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਤਵੀ 'ਤੇ ਬਿਠਾਇਆ ਹੋਇਆ ਥੱਲੇ ਅੱਗ ਬਾਲਦਾ ਪਿਆ ਉਹਨੂੰ ਕਿਤੇ ਆਨੰਦ ਆਇਆ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਦੇ ਵਿੱਚੋਂ? ਕਿਉਂ ਨਹੀਂ ਆਇਆ? ਕਿਉਂਕਿ ਸੁਰਤ ਨਹੀਂ ਹੈ ਗੁਰੂ ਦੇ ਨਾਲ। ਇਸ ਕਰਕੇ ਜਿਸ ਦਿਨ ਪੀਰ ਦਸਤਗੀਰ ਦੇ ਕੋਲੋਂ ਵਿਛੋੜਾ ਪੈਂਦਾ ਉਹ ਕਹਿੰਦਾ ਬਾਬਾ ਤੇਰੇ ਬਿਨਾਂ ਜੀ ਨਹੀਂ ਲੱਗਣਾ, ਇੱਥੇ ਰਹਿ ਜਾ। ਦਸਤਗੀਰ ਨੇ ਹੀ ਕਿਹਾ ਸੀ, ਬਾਬਾ ਸ਼ੇਖ ਬ੍ਰਹਿਮ ਨੇ ਵੀ ਇਹੀ ਕਿਹਾ, ਬਾਬਾ ਤੇਰੇ ਬਿਨਾਂ ਜੀ ਨਹੀਂ ਲੱਗਣਾ, ਇੱਥੇ ਰਹਿ ਜਾ ਤੂੰ। ਗੁਰੂ ਬਾਬੇ ਨੇ ਕਿਹਾ ਸੀ ਭਾਈ ਮੈਂ ਸਰੀਰ ਨਹੀਂ ਹਾਂ, ਮੈਂ ਸ਼ਬਦ ਹਾਂ, ਅੰਮ੍ਰਿਤ ਵੇਲੇ ਉੱਠ ਕੇ ਮੇਰਾ ਸ਼ਬਦ ਜਪਜੀ ਸਾਹਿਬ ਦੀ ਬਾਣੀ ਪੜ੍ਹਿਆ ਕਰੋ, ਮੈਂ ਤੁਹਾਨੂੰ ਦਰਸ਼ਨ ਦਿਆ ਕਰਾਂਗਾ। ਅਰਥ ਕੀ ਸੀ? ਸਿੱਖਾਂ ਗੁਰੂ ਨਾਨਕ ਦੇ ਦਰਸ਼ਨ ਤੈਨੂੰ ਬਾਣੀ ਵਿੱਚੋਂ ਹੋਣੇ ਹੈ, ਇਹੀ ਸੀ ਨਾ। ਗੁਰੂ ਪਾਤਸ਼ਾਹ ਨੇ ਇਸ ਬਾਣੀ 'ਚ ਵੀ ਸਪਸ਼ਟ ਕਿਹਾ ਸਤਿਗੁਰਨੋਂ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਬਾਹਰੀ ਤੌਰ ਉੱਤੇ ਸਤਿਗੁਰੂ ਨੂੰ ਸਾਰੇ ਦੇਖਦੇ ਹੈ ਪਰ ਡਿੱਠਾ ਮੁਕਤ ਨਾ ਹੋਵੇ ਹੀ। ਕਹਿਣ ਲੱਗੇ ਡਿੱਠਿਆਂ ਮੁਕਤੀ ਥੋੜ੍ਹਾ ਹੁੰਦੀ ਹੈ ਕਿਤੇ, ਡਿੱਠਿਆਂ ਕਿਤੇ ਬਾਹਰੀ ਤੌਰ ਉੱਤੇ ਦੇਖਾਂ ਕਿਤੇ ਥੋੜ੍ਹਾ ਮਨ ਆਨੰਦ ਨਾਲ ਭਰ ਜਾਂਦਾ। ਜਿੱਚਰ ਜਿੰਨਾ ਚਿਰ ਜਿੱਚਰ ਸ਼ਬਦ ਨਾ ਕਰੇ
ਵਿਚਾਰ ਜਿੰਨਾ ਚਿਰ ਗੁਰੂ ਦੇ ਸ਼ਬਦ ਨੂੰ ਵਿਚਾਰੇਗਾ ਨਹੀਂ, ਸਮਝੇਗਾ ਨਹੀਂ, ਉਦੋਂ ਤੱਕ ਨਹੀਂ ਤੈਨੂੰ ਸੁੱਖ ਮਿਲਣਾ। ਤੋ ਪਾਤਸ਼ਾਹ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ। ਗੁਰਮੁਖੋ, ਸਾਧੂ ਦੇ ਚਰਨ ਕਿਹੜੇ ਨੇ? ਕਿ ਗੁਰੂ ਪਾਤਸ਼ਾਹ ਸਾਨੂੰ ਕਿਸੇ ਸਰੀਰ ਦੇ ਚਰਨਾਂ ਨਾਲ ਜੋੜ ਰਹੇ ਹੈ? ਬਿਲਕੁਲ ਨਹੀਂ ਹੈ। ਹੁੰਦਾ ਇਹ ਅਕਸਰ ਬਾਣੀ ਦੀਆਂ ਪੰਕਤੀਆਂ ਨੂੰ ਬਾਬੇ ਦੀ ਪੂਜਾ ਦਾ ਆਧਾਰ ਬਣਾਇਆ ਜਾਂਦਾ। ਦੇਖੋ ਜੀ, ਗੁਰੂ ਸਾਹਿਬ ਪਾਤਸ਼ਾਹ ਕਹਿ ਰਹੇ ਨੇ ਚਰਨਾਂ ਦੇ ਨਾਲ ਜੁੜਨਾ, ਚਰਨਾਂ ਦੀ ਧੂੜ ਲੈਣੀ, ਚਰਨਾਂ ਵਿੱਚ ਚੁੱਕ ਜਾਣਾ, ਇਹਦਾ ਅਰਥ ਕੀ ਹੁੰਦਾ? ਗੁਰ ਕੇ ਚਰਨ, ਇੱਕ ਵਚਨ, ਗੁਰ ਕੇ ਚਰਨ ਧੋਏ ਧੋਏ ਪੀਵਾਂ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ। ਅਰਥ ਕੀ ਆ ਉਹਦਾ? ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰੂ ਦੇ ਦਰਸ਼ਨਾਂ ਨੂੰ ਮੈਂ ਦੇਖ ਦੇਖ ਕੇ ਜ਼ਿੰਦਗੀ ਜੀਵਦਾ ਹਾਂ। ਅਰਥ ਕੀ ਬਣਿਆ? ਗੁਰੂ ਦੇ ਸ਼ਬਦ ਅਨੁਸਾਰ ਜ਼ਿੰਦਗੀ ਜੀਵਦਾ ਹਾਂ, ਇਹ ਬਣੇਗਾ ਅਰਥ ਉਹਦਾ। ਗੁਰ ਕੇ ਚਰਨ, ਗੁਰ ਕੇ ਦਰਸ਼ਨ ਦਾ ਕੀ ਅਰਥ ਹੈ? ਗੁਰੂ ਦੇ ਸ਼ਬਦ ਨੂੰ ਦੇ ਅਨੁਸਾਰ ਜ਼ਿੰਦਗੀ ਨੂੰ ਜਿਉਣਾ। ਗੁਰ ਕੇ ਚਰਨ ਧੋਏ ਧੋਏ ਪੀਵਾਂ। ਤੋ ਇਸ ਕਰਕੇ ਚਰਨ ਸਾਧ ਕੇ ਧੋਏ ਧੋਏ ਪੀਓ। ਹੇ ਭਾਈ, ਜਿਹੜੇ ਨਾਮ ਜਪਣ ਵਾਲੇ ਸਾਧੂ ਜਨ ਨੇ, ਗੁਰਮੁਖ ਜਨ ਹਨ, ਉਹਨਾਂ ਦੇ ਚਰਨਾਂ ਨੂੰ ਧੋ ਧੋ ਕੇ ਪੀਓ। ਅਰਥ ਕੀ ਬਣਿਆ ਭਾਈ? ਉਹਨਾਂ ਦੇ ਨਾਲ ਬੈਠ ਕੇ ਉਸ ਪਰਮਾਤਮਾ ਦੇ ਸੋਹਲੇ ਗਾਓ। ਇਹੀ ਹੈ ਗੁਰਮੁਖ। ਅਰਪ ਸਾਧ ਕਉ ਆਪਣਾ ਜੀਓ, ਅਰਪਣ ਕਰ ਦੇਣਾ, ਭੇਟ ਕਰ ਦੇਣਾ ਆਪਣੇ ਜੀ ਨੂੰ, ਆਪਣੇ ਮਨ ਨੂੰ ਸਾਧੂ ਜਨਾਂ ਦੀ ਸੰਗਤ ਵਿੱਚ ਅਰਪਣ ਕਰ ਦੇਣਾ ਭਾਈ। ਸਾਧ ਕੀ ਤੂਰ ਕਰੋ ਇਸ਼ਨਾਨ, ਮੈਂ ਸਾਧੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਦਾ। ਗੁਰਮੁਖੋ, ਇਸ਼ਨਾਨ ਹੋ, ਧੂੜ ਇਸ਼ਨਾਨ ਦਾ ਕੀ ਅਰਥ ਹੈ? ਧੂੜ ਵਿੱਚ ਇਸ਼ਨਾਨ ਕਰਨਾ, ਇੱਕ ਤਾਂ ਇਸ਼ਨਾਨ ਬਾਹਰੀ ਆ ਪਾਣੀ 'ਚ ਕਰੀਦਾ, ਚਰਨਾਂ ਦੀ ਧੂੜ ਵਿੱਚ ਇਸ਼ਨਾਨ ਦਾ ਇਸ਼ਕਰ ਅਰਥ ਕੀ ਹੈ? ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦੁਸਹਿਰਾ। ਗੁਰੂ ਦਾ ਗਿਆਨ ਹੈ ਜਿਹੜਾ, ਉਹਦੇ ਵਿੱਚ ਆਪਣੀ ਆਤਮਾ ਨੂੰ ਡੁਬੋ ਦੇਣਾ, ਇਹ ਆਤਮਕ ਇਸ਼ਨਾਨ ਹੈ। ਇਸ਼ਨਾਨ ਇਹੀ ਹੁੰਦਾ ਨਾ, ਅਸੀਂ ਸਰੀਰ ਨੂੰ ਪਾਣੀ 'ਚ ਡੁਬੋ ਦਿੰਦੇ ਹਾਂ, ਬਾਹਰ ਇਸ਼ਨਾਨ ਇਹੀ ਹੁੰਦਾ। ਅਤੇ ਗੁਰੂ ਕੇ ਸ਼ਬਦ ਵਿੱਚ ਆਪਣੀ ਆਤਮਾ ਨੂੰ ਡੁਬੋ ਦੇਣਾ, ਇਹ ਆਤਮਾ ਦਾ ਇਸ਼ਨਾਨ ਹੈ। ਹੁਣ ਅਸੀਂ ਆਪਣੀ ਆਤਮਾ ਨੂੰ ਗੁਰੂ ਦੇ ਚਰਨਾਂ ਨਾਲ ਲਾ ਕੇ ਬੈਠੇ ਹਾਂ, ਇਹ ਆਤਮਕ ਇਸ਼ਨਾਨ ਹੋ ਰਿਹਾ ਹੈ, ਇਹ ਆਤਮਕ ਇਸ਼ਨਾਨ ਹੈ। ਸਾਡੀ ਆਤਮਾ ਇੰਝ ਡੁੱਬੀ ਹੋਈ ਹੈ ਨਾਮ ਦੇ ਵਿੱਚ, ਗੁਰੂ ਦੀ ਬਾਣੀ ਦੇ ਵਿੱਚ। ਤੋ ਸਾਧ ਕੀ ਧੂਰ ਕਰੋ ਇਸ਼ਨਾਨ, ਸਾਧੂਆਂ ਦੀ ਸੰਗਤ ਦੇ ਵਿੱਚ ਆਪਣੀ ਆਤਮਾ ਨੂੰ ਲਾ ਦਿਓ। ਸਾਧ ਉੱਪਰ ਜਾਈਏ ਕੁਰਬਾਨ, ਹੇ ਭਾਈ, ਨਾਮ ਜਪਣ ਵਾਲਿਆਂ ਤੋਂ ਸਦਾ ਹੀ ਸਦਕੇ ਜਾਣਾ ਚਾਹੀਦਾ, ਬਲਹਾਰੇ ਹੋਣਾ ਚਾਹੀਦਾ। ਸਾਧ ਸੇਵਾ ਵੱਡ ਭਾਗੀ ਪਾਈ ਹੈ, ਸਾਧੂ ਦੀ ਸੇਵਾ, ਗੁਰੂ ਦੀ ਸੇਵਾ ਕੀ ਹੈ? ਗੁਰਮੁਖੋ, ਇੱਕ ਬਚਨ ਆਉਂਦਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਦਾ, ਕਿਉਂਕਿ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ 63 ਸਲੋਕ ਹੀ ਨੇ ਪਾਤਸ਼ਾਹ ਨੇ, ਕੋਈ ਬਾਣੀ ਨਹੀਂ ਲੰਮੀ ਰਚੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ।
ਗੁਰੂ ਅੰਗਦ ਸਾਹਿਬ ਪਾਤਸ਼ਾਹ ਕਹਿੰਦੇ ਗੁਰੂ ਦੇ ਚਰਨ ਕੀ ਨੇ, ਗੁਰੂ ਦੇ ਹੱਥ ਕਿਹੜੇ ਨੇ, ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹੈ ਸਿਆਣੀਐ ਇੰਜ ਕੰਤ ਮਿਲਾਵਾ, ਇਹ ਕੰਤ ਮਿਲਾਵਾ ਹੋਏ। ਭੈ ਕੇ ਚਰਨ, ਚਰਨ ਗੁਰਮੁਖੋ ਸਾਡੇ ਨੇ, ਪਰ ਜਦੋਂ ਇਹ ਗੁਰੂ ਦੇ ਭੈ ਚੱਲਣਗੇ ਨਾ ਫਿਰ ਇਹ ਗੁਰੂ ਦੇ ਬਣ ਜਾਣੇ ਹੈ। ਸੋਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਇੱਕ ਬਚਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਗਨਨਾਥਪੁਰੀ ਸਮਝਾਇਆ ਸੀ ਨਾ ਪੰਡਤਾਂ ਨੂੰ, ਭਾਈ ਜਿਹੜੇ ਆ ਜਗਨਨਾਥ ਦੀ ਮੂਰਤੀ ਨੂੰ ਤੁਸੀਂ ਪੂਜਦੇ ਹੋ ਅਤੇ ਕਹਿੰਦੇ ਹੋ ਇਹ ਜਗਨਨਾਥ ਹੈ, ਜਗਤ ਦਾ ਨਾਥ ਕੇਵਲ ਇੱਕ ਪਰਮਾਤਮਾ ਹੈ, ਮੂਰਤੀ ਨਹੀਂ ਹੋ ਸਕਦੀ, ਇੱਕੋ ਹੀ ਹੈ, ਹਜ਼ਾਰਾਂ ਹੀ ਅੱਖਾਂ ਨੇ ਉਹਦੀ ਇੱਕ ਵੀ ਅੱਖ ਨਹੀਂ ਹੈ। ਇਹਦੇ ਕਿ ਸਹਿਸਤਾ ਵਨੈਣ ਨਣ ਨੈਣ ਹੈ ਤੋ ਹੇਕੋ, ਵਾਹਿਗੁਰੂ ਹਜ਼ਾਰਾਂ ਹੀ ਅੱਖਾਂ ਤੇਰੀਆਂ ਨੇ ਪਰ ਤੇਰੀ ਇੱਕ ਵੀ ਅੱਖ ਨਹੀਂ ਹੈ। ਸਹਿਸ ਮੂਰਤ ਨਾ ਏਕ ਤੋ ਹੀ, ਹਜ਼ਾਰਾਂ ਹੀ ਮੂਰਤਾਂ ਤੇਰੀਆਂ ਨੇ ਪਰ ਤੇਰੀ ਇੱਕ ਵੀ ਮੂਰਤੀ ਨਹੀਂ ਹੈ, ਅਰਥ ਕੀ ਬਣਿਆ ਗੁਰਮੁਖੋ? ਜੇ ਕੋਈ ਸਰੀਰਕ ਤੌਰ 'ਤੇ ਦੇਖੇ ਤਾਂ ਰੱਬ ਦੀ ਕੋਈ ਅੱਖ ਨਹੀਂ ਹੈ, ਕਿਉਂ? ਕਿਉਂਕਿ ਸਰੀਰ ਹੀ ਨਹੀਂ ਹੈ ਅਤੇ ਅੱਖ ਕਿੱਥੇ ਹੋਵੇਗੀ। ਪਰ ਹੇ ਪਰਮਾਤਮਾ, ਆ ਸਾਰੀ ਤੇਰੀ ਤਾਂ ਸਰੀਰ ਨੇ, ਆ ਸਾਰੀਆਂ ਮੂਰਤਾਂ ਤੇਰੀਆਂ ਹੀ ਤਾਂ ਹਨ, ਤੂੰ ਇਹਨਾਂ ਮੂਰਤਾਂ ਦੀਆਂ ਅੱਖਾਂ ਦੇ ਰਾਹੀਂ ਸੰਸਾਰ ਨੂੰ ਦੇਖਦਾ ਹੈ, ਉਹਦੀ ਇੱਕ ਵੀ ਅੱਖ ਨਹੀਂ ਹੈ ਪਰ ਇਹ ਸਾਰੀਆਂ ਅੱਖਾਂ ਗੁਰਮੁਖੋ ਸਾਰੇ ਜੀਵਾਂ ਦੇ ਵਿੱਚ ਬੈਠਾ ਪਰਮਾਤਮਾ, ਇਸ ਕਰਕੇ ਸਾਰੀਆਂ ਅੱਖਾਂ ਉਸ ਪਰਮਾਤਮਾ ਦੀਆਂ ਹੀ ਹਨ, ਪਰ ਫਿਜ਼ੀਕਲੀ ਉਹਦੀ ਕੋਈ ਅੱਖ ਨਹੀਂ ਹੈ ਕਿਉਂਕਿ ਸਰੀਰ ਹੀ ਨਹੀਂ ਹੈ ਉਹ। ਤੋ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਸਾਧ ਸੇਵਾ ਵਡਭਾਗੀ ਉਪਾਈ ਹੈ। ਸਾਧ ਦੀ ਸੇਵਾ ਦਾ ਅਰਥ ਹੁੰਦਾ ਸਾਧੂ ਦੇ ਬਖਸ਼ੇ ਹੁਕਮ ਦੇ ਵਿੱਚ ਚੱਲਣਾ, ਉਹਦੀ ਸੇਵਾ ਹੈ। ਮਾਂ ਪਿਓ ਦੀ ਸੇਵਾ ਕੀ ਹੁੰਦੀ ਹੈ? ਸੌਖਾ ਸਮਝ ਲਓ, ਸਾਧ ਕੀ ਸੇਵਾ, ਮਾਂ ਪਿਓ ਦੀ ਸੇਵਾ ਕੀ ਹੁੰਦੀ ਹੈ? ਇਹ ਥੋੜ੍ਹਾ ਹੁੰਦੀ ਹੈ ਵੀ ਬਾਪੂ ਦੇ ਕੱਪੜੇ ਪਾ ਦਿੱਤੇ ਅਤੇ ਬਾਪੂ ਨੂੰ ਪੁੱਛਿਆ ਹੀ ਕੋਈ ਨਾ। ਹਰ ਕੰਮ ਬਾਪੂ ਜੀ ਦੇ ਹੁਕਮ ਦੇ ਅਨੁਸਾਰ ਕਰਨਾ, ਪਿਤਾ ਜੀ ਦੇ ਹਰ ਬਚਨ ਨੂੰ ਸੁਣਨਾ ਧਿਆਨ ਦੇ ਨਾਲ, ਪਿਤਾ ਜੀ ਦੇ ਕਹੇ ਹੋਏ ਬਚਨਾਂ ਦੇ ਉੱਪਰ ਭਰੋਸਾ ਕਰਨਾ, ਇਹ ਬਾਪੂ ਦੀ ਇਹ ਪਿਤਾ ਦੀ ਸੇਵਾ ਹੁੰਦੀ ਹੈ। ਬਾਪੂ ਕੁਛ ਤਾਂ ਹੀ ਹੁੰਦਾ ਨਾ, ਉਹ ਕਹਿੰਦੇ ਦੇਖੋ ਭਾਈ ਮੈਂ ਬਜ਼ੁਰਗ ਹੋ ਗਿਆ, ਪੁੱਤਰ ਧੀਆਂ ਵੱਡੇ ਹੋ ਗਏ ਨੇ ਪਰ ਮੈਨੂੰ ਪਿਆਰ ਬਹੁਤ ਕਰਦੇ ਹੈ, ਮੇਰਾ ਸਤਿਕਾਰ ਬਹੁਤ ਕਰਦੇ ਹੈ, ਮੇਰੇ ਕੋਲ ਆ ਕੇ ਬੈਠਦੇ ਹੈ, ਮੈਂ ਜੋ ਗੱਲ ਕਹਿ ਦਿੰਦਾ ਸਾਰੀ ਮੰਨ ਲੈਂਦੇ ਹੈ, ਮੇਰਾ ਸਤਿਕਾਰ ਬਹੁਤ ਕਰਦੇ ਹੈ। ਅਰਥ ਇਹੀ ਹੁੰਦਾ ਨਾ ਸਤਿਕਾਰ ਦਾ, ਖੁਸ਼ ਹੁੰਦਾ ਨਾ। ਇਸੇ ਤਰ੍ਹਾਂ ਦੇ ਨਾਲ ਗੁਰੂ ਦਾ ਸਤਿਕਾਰ ਕੀ ਹੈ? ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣਨਾ, ਗੁਰੂ ਦੇ ਸ਼ਬਦ ਨੂੰ ਸੱਤ ਕਰਕੇ ਮੰਨ ਲੈਣਾ, ਇਹ ਗੁਰੂ ਦਾ ਸਤਿਕਾਰ ਹੈ। ਤੋ ਪਾਤਸ਼ਾਹ ਕਹਿੰਦੇ ਸਾਧ ਸੇਵਾ ਵਡਭਾਗੀ ਪਾਈ ਹੈ, ਭਾਈ ਨਾਮ ਜਪਣ ਵਾਲਿਆਂ ਦੀ ਜਿਹੜੀ ਸੇਵਾ ਹੈ ਨਾ ਉਹ ਵੱਡੇ ਭਾਗਾਂ ਵਾਲਿਆਂ ਨਾਲ ਪ੍ਰਾਪਤ ਹੁੰਦੀ ਹੈ, ਭਾਵ ਸਾਧੂ ਜਨਾਂ ਦੇ ਸ਼ਬਦ ਨੂੰ ਕਮਾਉਣਾ ਇਹ ਕਿਸੇ ਵੱਡੇ ਭਾਗਾਂ ਵਾਲੇ ਦੀ ਨਿਸ਼ਾਨੀ ਹੁੰਦੀ ਹੈ। ਸਾਧ ਸੰਗ ਹਰ ਕੀਰਤਨ ਗਾਈਏ, ਭਾਈ ਇਹ ਸੇਵਾ ਕਿਵੇਂ ਮਿਲੇਗੀ? ਕਹਿਣ ਲੱਗੇ
ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਬੈਠ ਕੇ ਉਸ ਹਰੀ ਦੇ ਕੀਰਤਨ ਕੀਰਤਨ ਕਰ ਲਈਏ। ਕੀਰਤਨ ਦਾ ਅਰਥ ਹੈ ਉਹਦੀ ਕੀਰਤੀ ਕਰਨੀ, ਉਹਦੀ ਸ਼ੋਭਾ ਕਰਨੀ, ਉਹਦੀ ਸਿਫਤ ਸਲਾਹ ਕਰਨੀ। ਕਹਿਣ ਲੱਗੇ ਇੱਦਾਂ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਉਸ ਹਰੀ ਦੀ ਕੀਰਤੀ ਕਰੀਏ ਅਤੇ ਫਿਰ ਸਾਧੂ ਜਨਾਂ ਦੀ ਸੇਵਾ ਦਾ ਵਡਭਾਗ ਪ੍ਰਾਪਤ ਹੁੰਦਾ ਹੈ। ਅਨੇਕ ਵਿਘਨ ਤੇ ਸਾਧੂ ਰੱਖੈ, ਅਨੇਕਾਂ ਹੀ ਰੁਕਾਵਟਾਂ ਤੋਂ ਵਿਘਨਾਂ ਤੋਂ ਸਾਧੂ ਜਨ ਨਾਮ ਦੀ ਦਾਤ ਦੇ ਕੇ ਸਾਨੂੰ ਬਚਾ ਲੈਂਦੇ ਹਨ। ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ। ਸਾਧੂਆਂ ਦੀ ਸੰਗਤ ਕਰਨ ਵਾਲੀ ਦੀ ਨਿਸ਼ਾਨੀ ਕੀ ਹੈ? ਕਹਿਣ ਲੱਗੇ ਹਰ ਗੁਣ ਗਾਏ, ਉਹ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ। ਉਹ ਸਾਧੂ ਹੀ ਕਾਹਦਾ ਜਿਹੜਾ ਕਵੇ ਜੀ ਮੇਰਾ ਨਾਮ ਜਪਿਆ ਕਰ? ਨਹੀਂ, ਉਹ ਸਾਧੂ ਨਹੀਂ ਹੈ। ਹਰ ਗੁਣ ਗਾਏ ਉਹ ਜਿਹੜਾ ਹਰੀ ਨਾਲ ਜੋੜਦਾ। ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ, ਹਰੀ ਦੇ ਗੁਣਾਂ ਨੂੰ ਗਾਉਂਦਾ ਔਰ ਅੰਮ੍ਰਿਤ ਰਸ ਨੂੰ ਚੱਖਦਾ, ਚੱਖਦਾ ਹੈ, ਚੱਖਣਾ ਕਿ ਸਵਾਦ ਨੂੰ ਮਾਣਦਾ ਹੈ। ਉਹ ਹਰੀ ਦੇ ਗੁਣਾਂ ਨੂੰ ਗਾਉਂਦਾ ਵੀ ਹੈ ਅਤੇ ਕੇਵਲ ਗਾਉਂਦਾ ਹੀ ਨਹੀਂ ਹੈ, ਉਹ ਰਸ ਨੂੰ ਚੱਖਦਾ ਹੈ, ਉਸ ਆਨੰਦ ਨੂੰ ਮਾਣਦਾ ਵੀ ਹੈ। ਗੁਰਮੁਖੋ, ਇਹ ਸਿੱਖ ਦੀ ਨਿਸ਼ਾਨੀ ਹੈ। ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ, ਇਕੱਲੀ ਬਾਣੀ ਪੜ੍ਹਨੀ ਨਹੀਂ ਹੈ, ਬਾਣੀ ਦਾ ਰਸ ਚੱਖਣਾ ਵੀ ਹੈ, ਇਹ ਮਾਨਣਾ ਵੀ ਹੈ ਬਾਣੀ ਦੇ ਰਸ ਨੂੰ। ਓਟ ਗਹੀ ਸੰਤਾਂ ਦਰ ਆਇਆ, ਓਟ ਗਹੀ, ਮੈਂ ਰੱਬ ਦੇ ਪਿਆਰਿਆਂ ਦੀ ਓਟ ਨੂੰ ਪਕੜਿਆ, ਸੰਤ ਜਨਾਂ ਦੇ ਚਰਨਾਂ ਦੇ ਵਿੱਚ ਆ ਗਿਆ। ਸਰਬ ਸੁਖ ਨਾਨਕ ਤਹਿ ਪਾਇਆ, ਸਾਧੂ ਜਨਾਂ ਦੀ ਸੰਗਤ ਦੇ ਵਿੱਚੋਂ ਹੀ ਹੇ ਨਾਨਕ ਜੀ ਮੈਨੂੰ ਸਾਰੇ ਸੁੱਖ ਪ੍ਰਾਪਤ ਹੋਏ ਹਨ। ਇੱਕ ਬੇਨਤੀ ਗੁਰਮੁਖੋ ਬੜੇ ਧਿਆਨ ਨਾਲ ਸਮਝੋ, ਹੁਣ ਸਤਿਗੁਰੂ ਪਾਤਸ਼ਾਹ ਨੇ ਵਾਰ ਵਾਰ ਸਾਧੂ ਕੇ ਚਰਨ, ਸਾਧੂਆਂ ਦੀ ਧੂੜ, ਸਾਧੂਆਂ ਦੀ ਸਾਧਕੀ ਸੇਵਾ, ਸਾਧੂ ਜਨ ਦੀ ਓਟ ਪਕੜ ਲੈਣੀ, ਇਹ ਸ਼ਬਦ ਵਾਰ ਵਾਰ ਵਰਤੇ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਨਾਲ ਜੇ ਅਸੀਂ ਆਪਣੇ ਇਤਿਹਾਸ ਨੂੰ ਵਿਚਾਰੀਏ ਨਾ, ਤੇ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਸਾਨੂੰ ਸਪਸ਼ਟ ਮਿਲ ਜਾਂਦੀ ਹੈ ਕਿ ਅਸਲ ਦੇ ਵਿੱਚ ਸੰਗਤ ਦੇ ਵਿੱਚ ਆ ਕੇ ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ ਹੀ ਸਾਧੂ ਹੁੰਦਾ ਹੈ। ਜਿਹੜਾ ਆਪਣੇ ਆਪ ਨੂੰ ਇਹ ਕਹਿ ਦੇਵੇ ਨਾ ਮੈਂ ਕੁਛ ਵੀ ਨਹੀਂ ਹਾਂ, ਹੁੰਦਾ ਹੀ ਸਭ ਕੁਛ ਉਹ ਹੈ। ਇਸ ਕਰਕੇ ਜਦੋਂ ਵੀ ਗੁਰੂ ਕੇ ਚਰਨਾਂ ਦੀ ਗੱਲ ਆਉਂਦੀ ਹੈ, ਗੁਰੂ ਦੇ ਸ਼ਬਦ, ਗੁਰੂ ਦੇ ਚਰਨਾਂ ਦੀ ਧੂੜ ਦੀ ਗੱਲ ਆਉਂਦੀ ਹੈ, ਉਹਦਾ ਅਰਥ ਕਦੇ ਵੀ ਬਾਹਰੀ ਤੌਰ 'ਤੇ ਨਹੀਂ ਜੇ ਲੈਣਾ। ਅਸੀਂ ਰਸਤੇ ਤੋਂ ਭਟਕ ਜਾਵਾਂਗੇ, ਨਹੀਂ ਤਾਂ ਫਿਰ ਕਈ ਨਾ ਵਾਰ ਐਸੀਆਂ ਪੰਕਤੀਆਂ ਸਾਨੂੰ ਮਿਲ ਜਾਂਦੀਆਂ। ਜਿਵੇਂ ਕੱਲ੍ਹ ਪਰਸੋਂ ਨਾ ਇੱਕ ਗੁਰਸਿੱਖ ਮੇਰੇ ਕੋਲ ਆਇਆ, ਇੱਦਾਂ ਉਹ ਟੀਚਰ ਸੀ, ਉਸੇ ਸਕੂਲ 'ਚ ਪੜ੍ਹਾਉਂਦਾ। ਉਹ ਕਹਿਣ ਲੱਗਾ ਜੀ ਸਾਡੇ ਨਾ ਗਿਆਨੀ ਜੀ ਐਗਜੀਬਿਸ਼ਨ ਲੱਗਣੀ ਆ ਕੋਈ ਪੰਜਾਬੀ ਭਾਸ਼ਾ ਦੀ, ਅਤੇ ਉੱਥੇ ਨਾ ਵਾਹਿਗੁਰੂ ਦੇ ਅਰਥ ਅਸੀਂ ਕਿਸੇ ਨੇ ਕੀਤੇ, ਅਸੀਂ ਹੈਰਾਨ ਰਹਿ ਗਏ। ਪੁੱਛਿਆ ਜੀ ਕੀ? ਕਹਿਣ ਲੱਗੇ ਜੀ ਵਾਹਿਗੁਰੂ ਦੇ ਅਰਥ ਵਾਹੇ ਤੋਂ, ਵਾਹੇ ਤੋਂ ਵਾਸੂਦੇਵ ਕੀਤਾ ਜਾ ਰਿਹਾ, ਹਾਹੇ ਤੋਂ ਹਰੇ ਹਰ ਕੀਤਾ ਜਾ ਰਿਹਾ, ਗੋਬਿੰਦ ਕੀਤਾ ਜਾ ਰਿਹਾ, ਇੱਦਾਂ
ਗੁਰੂ ਤੋਂ ਆਰਾਮ ਕੀਤਾ ਜਾ ਰਿਹਾ ਵੀ ਇਹ ਕੀ ਨੇ ਜੀ? ਵਾਸੂਦੇਵ ਹੈ, ਰਾਮ ਹੈ, ਕ੍ਰਿਸ਼ਨ ਹੈ, ਗੋਬਿੰਦ ਹੈ, ਇਹ ਅਰਥ ਕੀਤੇ ਜਾ ਰਹੇ ਨੇ ਵਾਹਿਗੁਰੂ। ਕੀ ਇਹ ਅੱਖਰਾਂ ਦਾ ਹੀ ਅਰਥ ਬਣਦਾ? ਨਹੀਂ, ਬਿਲਕੁਲ ਨਹੀਂ। ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਿਸਮਾਦ ਨਾਦ ਵਿੱਚੋਂ ਪੈਦਾ ਹੋਇਆ ਗੁਰਮੁਖੋਂ। ਇੱਦਾਂ ਨਹੀਂ ਹੈ ਵੀ ਅੱਖਰਾਂ ਦੇ ਜੋੜ ਦੇ ਨਾਲ ਜੀ ਇੱਦਾਂ ਬਣਾ ਲਿਆ ਗਿਆ ਵਾਹਿਗੁਰੂ ਸ਼ਬਦ। ਵਾਹਿਗੁਰੂ ਸ਼ਬਦ ਅੱਖਰਾਂ ਦੇ ਜੋੜ ਨਾਲ ਨਹੀਂ ਬਣਿਆ ਵੀ ਵਾਹਵੇ ਦਾ ਅਰਥ ਕੁਛ ਹੋਰ ਹੈ ਅਤੇ ਰਾਰੇ ਦਾ ਅਰਥ ਕੁਛ ਹੋਰ ਹੈ ਅਤੇ ਹਾਹੇ ਦਾ ਅਰਥ ਕੁਛ ਹੋਰ ਹੈ, ਕੁਛ ਨਹੀਂ ਇੱਦਾਂ ਦਾ। ਕਿਉਂਕਿ ਇਸੇ ਤੋਂ ਸਾਨੂੰ ਗੁਰੂ ਨੇ ਬਚਾਇਆ ਸੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਹੜਾ ਇੱਕ ਸੀ ਉਹ ਗਿਣਤੀ ਵਾਲਾ ਕਿਉਂ ਪਾਇਆ? ਇਹੀ ਕਾਰਨ ਸੀ ਨਾ, ਜੇ ਕਿਤੇ ਕੱਕੇ ਨੂੰ ਸਿਆਰੀ ਇੱਕ ਪਾਲ ਦਿੰਦੇ ਤਾਂ ਅਸੀਂ ਕੱਕੇ ਦੇ ਅਰਥ ਕੁਛ ਹੋਰ ਕਰਨੇ ਸੀ, ਆੜੇ ਦੇ ਕੁਛ ਅਰਥ ਹੋਰ ਕਰੀ ਜਾਣੇ ਸੀ। ਗੁਰੂ ਨੂੰ ਬਾਬੇ ਨੂੰ ਪਤਾ ਸੀ ਇਸ ਗੱਲ ਦਾ ਵੀ ਆਉਣ ਵਾਲਾ ਸਮਾਂ ਇੱਦਾਂ ਦਾ ਹੀ ਹੋਏਗਾ ਜੀ। ਤੋ ਇਸ ਕਰਕੇ ਹਰ ਗੱਲ ਉੱਤੇ ਬੜੇ ਧਿਆਨ ਦੇ ਨਾਲ ਜਿਹੜਾ ਹੈ ਨਾ ਉਹ ਸਾਨੂੰ ਹਰ ਗੱਲ ਸਮਝ ਨਹੀਂ ਪਏਗੀ। ਇਸ ਕਰਕੇ ਹਰੀ ਦੇ ਚਰਨ, ਗੁਰੂ ਦੇ ਚਰਨ ਕਦੇ ਵੀ ਫਿਜੀਕਲੀ ਹੁੰਦੇ ਹੀ ਨਹੀਂ ਹੈ। ਜਦੋਂ ਵੀ ਹੁੰਦੇ ਨੇ ਕਿ ਉਹ ਅਧਿਆਤਮਕਵਾਦ ਵਿੱਚ ਉਹ ਅੰਤਰੀ ਭਾਵ ਹੁੰਦਾ ਹੈ, ਉਹਨਾਂ ਦਾ ਇੱਕ ਪ੍ਰਤੀਕ ਦੇ ਤੌਰ ਦੇ ਉੱਤੇ ਹੁੰਦਾ ਹੈ। ਜਿਵੇਂ ਤੁਸੀਂ ਨਾ ਇੱਥੇ ਤਾਂ ਆਪਣੇ ਰਿਵਾਜ ਨਹੀਂ ਹੈ, ਤੁਸੀਂ ਕਦੇ ਇੱਧਰ ਇੰਦੌਰ ਵੱਲ ਜਾਓ ਨਾ, ਇੰਦੌਰ ਦੇ ਵੱਲ ਜਾਓ, ਉੱਥੇ ਨਾ ਸੰਗਤਾਂ ਇੱਦਾਂ ਆਉਂਦੀਆਂ ਨੇ, ਗਿਆਨੀ ਜੀ ਮੈਨੂੰ ਅਸੀਂ ਨਾ ਆਪਣੇ ਬੱਚੇ ਨੂੰ ਗੁਰੂ ਦੇ ਚਰਨਾਂ ਦੇ ਨਾਲ ਲਾਉਣਾ ਹੈ। ਵੈਸੇ ਇਹ ਸਾਡਾ ਪੁਰਾਤਨ ਸੀ, ਸਾਡਾ ਵਿਰਸਾ ਸੀ ਇਹ। ਇੱਦਾਂ ਸੰਗਤਾਂ ਆਉਂਦੀਆਂ ਸਨ, ਭਾਈ ਸਾਹਿਬ ਗ੍ਰੰਥ ਸਾਹਿਬ ਨੂੰ ਅਰਦਾਸ ਕਰ, ਭਾਈ ਸਾਹਿਬ ਅਸੀਂ ਆਪਣੇ ਬੱਚੇ ਨੂੰ ਚਰਨਾਂ ਗੁਰੂ ਦੇ ਚਰਨਾਂ ਦੇ ਨਾਲ ਲਾਉਣਾ ਹੈ। ਅੱਛਾ, ਮੈਂ 8-10 ਸਾਲ ਪਹਿਲਾਂ ਇੰਦੌਰ ਗਿਆ, ਉਹ ਕੋਈ ਸੰਗਤ ਆ ਗਈ ਇੱਦਾਂ, ਹੁਣ ਮੈਨੂੰ ਸਮਝ ਨਾ ਆਵੇ ਵੀ ਗੱਲ ਕੀ ਹੈ ਵਿੱਚੋਂ। ਪੁੱਛਿਆ ਕਿ ਉਹ ਕਹਿੰਦੇ ਗਿਆਨੀ ਜੀ ਅਸੀਂ ਆਪਣੇ ਬੱਚੇ ਦਾ ਸਹਿਜ ਪਾਠ ਆਰੰਭ ਕਰਵਾਉਣਾ ਹੈ। ਇਹ ਸੀ। ਹੁਣ ਮਾਂ ਇੱਦਾਂ ਆਉਂਦੀ ਹੈ, ਪੁੱਤ ਗੁਰੂ ਨੂੰ ਮੱਥਾ ਟੇਕ, ਗੁਰੂ ਦੇ ਚਰਨ ਨਾਲ ਜੁੜ ਜਾ। ਗੁਰੂ ਦੇ ਚਰਨ ਦਾ ਅਰਥ ਹੈ ਗੁਰੂ ਕੇ ਸ਼ਬਦ। ਅਸੀਂ ਆਪਣੇ ਬੱਚੇ ਨੂੰ ਗੁਰੂ ਚਰਨ ਨਾਲ ਲਾਉਣਾ ਹੈ, ਇਹਦਾ ਅਰਥ ਕੀ ਸੀ? ਅਸੀਂ ਆਪਣੇ ਬੱਚੇ ਨੂੰ ਗੁਰੂ ਦੇ ਸ਼ਬਦ ਨਾਲ ਲਾਉਣਾ ਹੈ, ਇਹਦਾ ਸਹਿਜ ਪਾਠ ਸ਼ੁਰੂ ਕਰਵਾਉਣਾ ਹੈ ਜੀ। ਸਹਿਜ ਪਾਠ ਸ਼ੁਰੂ ਕਰਵਾਉਣ ਨੂੰ ਕਿਹਾ ਜਾਂਦਾ ਸੀ ਗੁਰੂ ਦੇ ਚਰਨ ਨਾਲ ਜੁੜਨਾ। ਬੜੇ ਸਿਆਣੇ ਸੀ ਸਿੱਖ ਉਹ ਇੱਦਾਂ। ਔਰ ਬੱਚੇ ਦਾ ਸਹਿਜ ਪਾਠ ਇੱਦਾਂ ਆਰੰਭ। ਤੁਸੀਂ ਕਦੇ ਬੰਬੇ ਵੱਲ ਜਾਓ ਨਾ ਜਾਂ ਇੱਧਰ ਮੱਧ ਪ੍ਰਦੇਸ਼ ਵੱਲ ਜਾਓ, ਉੱਥੇ ਜਿਹੜੇ ਸਿੰਧੀ ਸਿੱਖ ਵੱਜਦੇ ਨੇ, ਸਿੰਧੀ ਸਮਾਜ ਆ ਜਿਹੜਾ, ਉਹ ਆਪਣੇ ਬੱਚਿਆਂ ਨੂੰ ਇੱਦਾਂ ਹੀ ਲਾਉਂਦੇ ਨੇ ਗੁਰੂ ਚਰਨਾਂ ਦੇ ਨਾਲ, ਸਹਿਜ ਪਾਠ ਆਰੰਭ ਕਰਵਾਉਂਦੇ ਨੇ ਉਹਨਾਂ ਦਾ, ਸ਼ਬਦ ਨਾਲ ਜੋੜਦੇ ਨੇ। ਠੀਕ ਹੈ, ਕਮੀਆਂ ਪੇਸ਼ੀਆਂ ਤਾਂ ਕਿਤੇ ਨਾ ਕਿਤੇ ਹੁੰਦੀਆਂ ਨੇ ਹਰ ਥਾਂ ਉੱਤੇ ਇੱਦਾਂ ਕਰਕੇ। ਤੋ ਇਸ ਕਰਕੇ ਗੁਰਮੁਖੋ ਜਦੋਂ ਵੀ ਗੁਰੂ ਕੇ ਚਰਨ ਆਉਣਗੇ, ਜਦੋਂ ਵੀ ਗੁਰੂ ਦੇ ਚਰਨ ਧੂੜ ਆਏਗੀ, ਉਹਦਾ ਅਰਥ ਗੁਰੂ ਕਾ ਸ਼ਬਦ ਬਣੇਗਾ। ਔਰ ਆਪਾਂ ਭਾਵ ਨੂੰ ਤਿਆਗ ਕੇ ਗੁਰੂ ਦੇ ਚਰਨਾਂ ਵਿੱਚ ਬੈਠ ਜਾਣਾ ਹੀ ਗੁਰੂ ਦੇ ਚਰਨਾਂ ਦੀ ਧੂੜ ਬਣਨਾ ਹੁੰਦਾ ਹੈ। ਜਿਵੇਂ ਅਸੀਂ ਅਰਦਾਸ ਕਰਦੇ ਹਾਂ ਰੋਜ਼ਾਨਾ ਕਿ ਨਾਨਕ ਦਾਸ ਇਹ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ, ਉਹਦਾ ਅਰਥ ਹੈ ਮੈਨੂੰ ਰੱਬ ਦੇ ਪਿਆਰਿਆਂ ਦੇ ਚਰਨ ਦੀ ਧੂੜ ਬਣਾ, ਉਹਦਾ ਅਰਥ ਮੇਰੇ ਅੰਦਰ ਨਿਮਰਤਾ ਬਖਸ਼, ਮੇਰੇ ਅੰਦਰ ਨਿਰਮਾਣਤਾ ਬਖਸ਼।
ਮੈਂ ਨੀਵਾਂ ਹੋ ਜਾਵਾਂ। ਤੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸੱਚਮੁੱਚ ਅਸੀਂ ਵਿਵੇਕ ਬੁੱਧ ਵਾਲੇ ਬਣੀਏ। ਅਸੀਂ ਗੁਰੂ ਦੇ ਕਈ ਵਾਰ ਸੰਗਤਾਂ ਆਉਂਦੀਆਂ, ਸਮਾਪਤ ਕਰਾਂ ਮੈਂ, ਕਈ ਵਾਰ ਸੰਗਤਾਂ ਆਉਂਦੀਆਂ ਨੇ ਇੱਦਾਂ ਨਾ, ਉਹ ਇੱਦਾਂ ਰੁਮਾਲਾ ਚੱਕ ਕੇ ਇੱਦਾਂ ਭਾਈ ਸਾਹਿਬ ਦਰਸ਼ਨ ਕਰ ਰਹੇ ਹਾਂ ਗੁਰੂ ਦੇ, ਇੱਦਾਂ ਰੁਮਾਲਾ ਚੱਕ ਕੇ ਇੱਦਾਂ ਕਰਨਾ ਮਨਮਤ ਹੈ। ਅੱਖਰਾਂ ਦੇ ਦਰਸ਼ਨ ਨਹੀਂ, ਗੁਰੂ ਦੇ ਸ਼ਬਦ ਦੇ ਅਰਥ, ਬਾਣੀ ਦੇ ਉਸ ਸਮਝ ਨੂੰ ਪ੍ਰਾਪਤ ਕਰਨਾ, ਉਹ ਅਕਲ ਨੂੰ ਪ੍ਰਾਪਤ ਕਰਨਾ ਜਿਹੜੇ ਗੁਰੂ ਪਾਤਸ਼ਾਹ ਸਾਨੂੰ ਦੇ ਰਹੇ ਹੈ। ਅੱਖਰ ਨੇ ਜਿਹੜੇ ਇੱਕ ਜ਼ਰੀਆ ਨੇ ਗੁਰੂ ਦੀ ਬਾਣੀ ਨੂੰ ਸਾਡੇ ਤੱਕ ਪਹੁੰਚਾਉਣ ਦੇ ਲਈ। ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।